ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਇੱਕਮ ਰੂਪ ਪੰਨੂ ਬਟਿਕ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਲੈ ਕੇ ਆਏ ਆ ਫਿਰ ਇੱਕ ਵਾਰ ਨਵੇਂ-ਨਵੇਂ ਸੂਟਾਂ ਦੀ ਵੀਡੀਓ ਤੇ ਇਹ ਤੁਸੀਂ ਦੇਖ ਰਹੇ ਹੋ ਜੀ ਸ਼ਰਾਰਾ ਸੂਟ ਇਹ ਰੈਡੀमेड ਸੂਟ ਆ ਇਹ ਤੁਹਾਨੂੰ ਨਾ ਸਾਈਜ਼ ਦੇ ਅਕੋਰਡਿੰਗ ਸੂਟ ਮਿਲਣਗੇ ਜਿਹੜਾ ਵੀ ਤੁਹਾਨੂੰ S M L XL XXL ਟ੍ਰਿਪਲ ਐਕਸਲ ਐਕਸਟਰਾ ਲਾਰਜ ਮਤਲਬ ਹਰ ਤਰ੍ਹਾਂ ਦਾ ਸਾਈਜ਼ ਮਿਲ ਜੂਗਾ ਤੇ ਤੁਹਾਨੂੰ ਆਪਣਾ ਸਾਈਜ਼ ਦੱਸਣਾ ਪਊਗਾ ਜੇ ਤੁਸੀਂ ਉਦਾਂ ਦੱਸਣਾ ਚਾਹੁੰਦੇ ਹੋ ਕਿ 30 32 34 36 ਉਵੇਂ ਵੀ ਦੱਸ ਸਕਦੇ ਆ ਤੇ ਇਹਦੇ ਜ ਤੁਹਾਨੂੰ ਕਾਫੀ ਜ਼ਿਆਦਾ ਕਲਰ ਮਿਲ ਜਾਣਗੇ ਤੇ ਇਹ ਜਿਹੜੇ ਸੂਟ ਆ ਜੀ ਇਹ ਔਨ ਆਰਡਰ ਹੀ ਰੈਡੀ ਹੋਣਗੇ ਇਹ ਰੈਫਰੈਂਸ ਪਿਕਸ ਲਗਾਈਆਂ ਹੋਈਆਂ ਨੇ ਤੇ ਇਹ ਆਪਣਾ ਹੈਗਾ ਜੀ ਜਿੱਦਾਂ ਇੱਕ ਲਾਂਚਾ ਜਾਂ ਲਹਿੰਗਾ ਕਹਿ ਸਕਦੇ ਆ ਤੇ ਨਾਲ ਇਹਦੇ ਕੁੜਤੀ ਰੈਡੀ ਕੀਤੀ ਹੋਈ ਆ ਹੈਂਡਵਰਕ ਦੀ ਤੇ ਇਹ ਵੀ ਦੇਖੋ ਸਲਵਾਰ ਸੂਟ ਕੱਗਰਾ ਸੂਟ ਜਿੱਦਾਂ ਦਾ ਵੀ ਤੁਸੀਂ ਰੈਡੀ ਕਰਾਉਣਾ ਹੋਊਗਾ ਸੇਮ ਰੈਡੀ ਹੋ ਜਾਣਗੇ ਤੇ ਇਹ ਅੱਗੇ ਹੈਗਾ ਜੀ ਆਪਣਾ ਮਾਦਾ ਪਸ਼ਮੀਨੇ ਦਾ ਸੂਟ ਤੇ ਇਹਨੂੰ ਲੇਸ ਲਗਾ ਕੇ ਤੇ ਇਦਾਂ ਆਪੇ ਦੁਪट्टे ਤੇ ਰੈਡੀ ਕੀਤਾ ਹੋਇਆ ਦੁਪट्टे ਦੇ ਵਿੱਚ ਸ਼ਰਟ ਨਾਲ ਦਾ ਪਾ ਕੇ ਕੱਟ ਕਰਕੇ ਤੇ ਇਹ ਵੀ ਜੀ ਰੈਡੀमेड ਸੂਟ ਆ ਇਹ ਵੀ ਤੁਹਾਨੂੰ ਸਾਈਜ਼ ਦੇ ਅਕੋਰਡਿੰਗ ਹੀ ਮਿਲੂਗਾ ਤੇ ਇਹ ਵੀ ਆਪਣੇ ਕੋਲ ਕਾਫੀ ਜ਼ਿਆਦਾ ਸਟਾਕ ਹੈਗਾ ਤੇ ਤੁਸੀਂ ਆਰਡਰ ਕਰ ਸਕਦੇ ਹੋ ਇਹਦਾ ਵੀ ਤੁਸੀਂ ਸਾਈਜ਼ ਦੱਸ ਕੇ ਤੇ ਇਹ ਅਨਸਟਿਚ ਸੂਟ ਆ ਤੇ ਇਹ ਤੁਹਾਨੂੰ ਇਹ ਇਦਾਂ ਦਾ ਕਲਰ ਵੀ ਮਿਲ ਜੂਗਾ ਇਹ ਵੀ ਆਪਣਾ ਅਨਸਟਿਚ ਸੂਟ ਆ ਬੰਦਰੀ ਦਾ ਨਾਲ ਦੁਪੱਟਾ ਮੋਰਨੀ ਵਰਕ ਹੋਇਆ ਹੋਇਆ ਤੇ ਪਿਓਰ ਚੰਦੇਰੀ ਦਾ ਫੈਬਰਿਕ ਆ ਤੇ ਤੁਸੀਂ ਇਹ ਸੂਟ ਵੀ ਆਰਡਰ ਕਰ ਸਕਦੇ ਹੋ ਇਹ ਆਪਣਾ ਜੀ ਕ੍ਰੇਪ ਦਾ ਸੂਟ ਆ ਤੇ ਹੈਂਡਵਰਕ ਦਾ ਰੈਡੀ ਕੀਤਾ ਹੋਇਆ ਪਰਲ ਵਰਕ ਕੀਤਾ ਹੋਇਆ ਤੇ ਇਹ ਆਪਣੇ ਕੋਲ ਕਾਫੀ ਜ਼ਿਆਦਾ ਸਟਾਕ ਆ ਇਹ ਆਪਣੇ ਕੋਲੇ ਬਲੈਕ ਕਲਰ ਚ ਤਾਂ ਅਵੇਲੇਬਲ ਆ ਜੇ ਕਿਸੇ ਹੋਰ ਕਲਰ ਚ ਰੈਡੀ ਕਰਾਉਣਾ ਹੋਗਾ ਤਾਂ ਆਪਾਂ ਉਹਦੇ ਚ ਵੀ ਤੁਹਾਨੂੰ ਕਰਵਾ ਦੇਵਾਂਗੇ ਤੇ ਉਹ ਤੁਹਾਡੀ ਚੁਆਇਸ ਹੋਊਗੀ ਤੇ ਇਹ ਅੱਗੇ ਫੇਰ ਅੱਗੇ ਜੀ ਸੈਮੀ ਸਟਰੀ ਚ ਸੂਟ ਆ ਤੇ ਇਹ ਵੀ ਤੁਸੀਂ ਜਿੰਨੇ ਮਰਜ਼ੀ ਮੰਗਵਾ ਸਕਦੇ ਹੋ ਤੇ ਇਹ ਸੇਮ ਤੁਹਾਨੂੰ ਆਪਣੇ ਕੋਲ ਅਨਲਿਮਿਟਡ ਸਟਾਕ ਹੀ ਆਇਆ ਹੈ ਨਾ ਸੂਟਾਂ ਦਾ ਤਾਂ ਤੇ ਜਿੰਨੇ ਮਰਜ਼ੀ ਤੁਸੀਂ ਆਰਡਰ ਕਰ ਸਕਦੇ ਹੋ ਤੇ ਆਪਣਾ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਤਾਂ ਆਪਣਾ ਜਿਹੜਾ ਤੁਸੀਂ ਆਨਲਾਈਨ ਆਰਡਰ ਕਰਨਾ ਉਹਦੇ ਲਈ ਮੇਰਾ ਵਟਸਐਪ ਨੰਬਰ ਹੈਗਾ 7814091818 ਇਹ ਨੰਬਰ ਤੇ ਤੁਸੀਂ ਜਿਹੜਾ ਆਪਣਾ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਤੁਸੀਂ ਜਿਹੜੀ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਉਹ ਮੰਗਵਾ ਸਕਦੇ ਹੋ ਤੇ ਇਹ ਜਿਹੜੀ ਪੇਮੈਂਟ ਆ ਉਹ ਐਡਵਾਂਸ ਹੋਊਗੀ ਜੀ ਤੇ ਜਿਹੜਾ ਆਪਣਾ ਤੁਹਾਣਾ ਜਿੱਦਾਂ ਦਾ ਸਟੱਫ ਤੁਹਾਨੂੰ ਦੱਸਾਂਗੇ ਵਰਕ ਦੱਸਾਂਗੇ ਉਵੇਂ ਦਾ ਹੀ ਸੂਟ ਤੁਹਾਡੇ ਘਰੇ ਪਹੁੰਚੂਗਾ ਤੇ ਇਹ ਹੈਗੇ ਜੀ ਕਟਰਾਇਜ਼ ਦੇ ਵਿੱਚ ਆਪਣੇ ਕੋਲੇ ਪਲੇਨ ਚ ਕਲਰ ਤੇ ਇਹ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਮੰਗਵਾ ਸਕਦੇ ਹੋ ਜਿੰਨਾ ਵੀ ਤੁਹਾਨੂੰ ਚਾਹੀਦਾ ਹੋਊਗਾ ਤੇ ਪ੍ਰਿੰਟ ਕਟਰਾਇਜ਼ ਵੀ ਆਪਣੇ ਕੋਲ ਅਵੇਲੇਬਲ ਹੈ ਤੇ ਜੇ ਕਿਸੇ ਨੇ ਇਹ ਪਲੇਨ ਮੰਗਵਾਉਣਾ ਹੋਵੇ ਪਲੇਨ ਮੰਗਵਾ ਸਕਦਾ ਹੈ ਇਹਦੇ ਉੱਪਰ ਜੇ ਤੁਸੀਂ ਐਮਬਰਾਇਡਰੀ ਕਰਵਾਉਣੀ ਹੋਊਗੀ ਤੇ ਆਪਾਂ ਐਮਬਰਾਇਡਰੀ ਵੀ ਕਰ ਦਵਾਂਗੇ ਜੇ ਤੁਸੀਂ ਇਦਾਂ ਸਟਿਚ ਕਰਾਉਣਾ ਹੋਊਗਾ ਲੇਸਿਸ ਵਗੈਰਾ ਲਗਾ ਕੇ ਤਾਂ ਉਵੇਂ ਵੀ ਸਟਿਚ ਕਰ ਦਵਾਂਗੇ ਅਗਰ ਵਰਕ ਕਰਾਉਣਾ ਮਸ਼ੀਨ ਵਰਕ ਜਾਂ ਹੈਂਡ ਵਰਕ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੁਪੱਟਾ ਵੀ ਰੈਡੀ ਕਰਵਾ ਸਕਦੇ ਆ ਉਹ ਤੁਹਾਡੀ ਚੁਆਇਸ ਹੋਊਗੀ ਕਿਉਂਕਿ ਉਹਦੇ ਹਿਸਾਬ ਨਾਲ ਜਿਹੜਾ ਰੇਟ ਆ ਉਹ ਅਪ ਡਾਊਨ ਹੁੰਦਾ ਰਹੂਗਾ ਕਿਉਂਕਿ ਤੁਸੀਂ ਸਟਿਚਿੰਗ ਕਿਵੇਂ ਦੀ ਕਰਾਉਣੀ ਹੈ ਉਹ ਸਿੰਪਲ ਸੂਟ ਸਟਿਚ ਕਰਵਾ ਰਹੇ ਹੋ ਜਾਂ ਡਿਜ਼ਾਈਨਿੰਗ ਲੁੱਕ ਦਾ ਕਰਵਾ ਰਹੇ ਹੋ ਤੇ ਇਦਾਂ ਹੀ ਫਿਰ ਐਮਬਰਾਇਡਰੀ ਦਾ ਵੀ ਹੋ ਜਾਂਦਾ ਹੈ ਕਿ ਤੁਸੀਂ ਕਿਵੇਂ ਦੀ ਐਮਬਰਾਇਡਰੀ ਕਰਵਾਉਣਾ ਚਾਹੁੰਦੇ ਹੋ ਤੇ ਐਮਬਰਾਇਡਰੀ ਦੇ ਡਿਜ਼ਾਈਨ ਜੇ ਤੁਹਾਨੂੰ ਕੋਈ ਸਾਡੇ ਪਸੰਦ ਆਉਂਦੇ ਤੁਸੀਂ ਸਾਡੇ ਵਾਲਾ ਸਕਰੀਨਸ਼ਾਟ ਸੈਂਡ ਕਰ ਸਕਦੇ ਆ ਜੇ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆ ਤੁਸੀਂ ਆਪਣੀ ਪਸੰਦ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਉਹ ਵੀ ਜਿਹੜਾ ਡਿਜ਼ਾਈਨ ਆ ਉਹ ਸੈਂਡ ਕਰ ਸਕਦੇ ਆ ਤਾਂ ਉਦਾਂ ਦਾ ਸੂਟ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਕਰੇਪ ਜੌਰਜਟ ਔਰਗੈਂਜ਼ਾ ਕਸ਼ਮੀਨਾ ਕਾਟਨ ਸਿਲਕ ਜਿਹੜਾ ਵੀ ਲਗਵਾਉਣਾ ਹੋਊਗਾ ਘੱਟ ਰੇਟ ਵਾਲਾ ਜਿਆਦਾ ਰੇਟ ਵਾਲਾ ਸਾਰੇ ਤਰ੍ਹਾਂ ਦੇ ਆਪਾਂ ਲਗਵਾ ਦੇਵਾਂਗੇ ਉਹ ਸਾਰੀ ਤੁਹਾਡੀ ਚੁਆਇਸ ਹੋਊਗੀ ਤੇ ਇਹ ਅੱਗੇ ਹੈਗੇ ਆ ਜੀ ਇੱਕ ਤਰ੍ਹਾਂ ਨਾਲ ਸਿਲਕੀ ਸੂਟ ਜੈਸਮੀਨ ਸਿਲਕ ਕਹਿੰਦੇ ਆ ਤਾਂ ਮਤਲਬ ਇਹ ਘੱਟ ਰੇਂਜ ਵਾਲੇ ਸਿਲਕ ਦੇ ਸੂਟ ਆ ਤੇ ਇਹ ਜਿਹੜੇ ਆ ਅੱਗੇ-ਅਗੇ ਆਪਣੇ ਕਾਟਰੇਜ ਦੇ ਮੈਚਿੰਗ ਸੂਟ ਇਹ ਵੀ ਸੇਮ ਆ ਕਿ ਜੇ ਤੁਸੀਂ ਕੱਲੀ ਸ਼ਰਟ ਪ੍ਰਿੰਟਡ ਮੰਗਵਾਉਣਾ ਹੈ ਤਾਂ ਪ੍ਰਿੰਟਡ ਮੰਗਵਾ ਸਕਦੇ ਹੋ ਪਲੇਨ ਚਾਹੀਦਾ ਤਾਂ ਪਲੇਨ ਮੰਗਵਾ ਸਕਦੇ ਹੋ ਤਾਂ ਜੇ ਤੁਸੀਂ 5 ਮੀਟਰ ਹੀ ਸੂਟ ਹੀ ਪ੍ਰਿੰਟ ਲੈਣਾ ਹੈ ਤਾਂ ਤੁਸੀਂ 5 ਮੀਟਰ ਪ੍ਰਿੰਟ ਸੂਟ ਵੀ ਮੰਗਵਾ ਸਕਦੇ ਹੋ ਉਹ ਸਾਰੀ ਤੁਹਾਡੀ ਚੁਆਇਸ ਹੋਊਗੀ ਤੇ ਇਦਾਂ ਆਪਣੇ ਕੋਲ ਕਾਫੀ ਜ਼ਿਆਦਾ ਸਟਾਕ ਪਿਆ ਹੋਇਆ ਹੈ ਤੇ ਇਹ ਦੇਖੋ ਇਦਾਂ ਵੀ ਰੱਖੇ ਹੋਇਆ ਕਿਉਂਕਿ ਹਰ ਇੱਕ ਦੀ ਪਿਕ ਲੈਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਤੇ ਇਹ ਦੇਖੋ ਕਿੰਨਾ ਪਿਆਰਾ ਜਿਹਾ ਜਿਹੜਾ ਕਲਰਡ ਕੰਟਰਾਸਟ ਬਣਿਆ ਹੋਇਆ ਛੋਟੀ ਛੋਟੀ ਬੁੱਟੀ ਦੇ ਸੂਟ ਆ ਤੇ ਇਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਤੇ ਇਹ ਆਮ ਤੁਹਾਨੂੰ ਸ਼ਾਪਸ ਤੇ ਇਦਾਂ ਦੇ ਸੂਟ ਵੀ ਨਹੀਂ ਮਿਲਦੇ ਦੇਖਣ ਨੂੰ ਕਲਰ ਕੰਬੀਨੇਸ਼ਨ ਨਾ ਨਾ ਪ੍ਰਿੰਟ ਇਹ ਮੇਂਦਾ ਮਿਲਦਾ ਤੇ ਇਹ ਬਹੁਤ ਹੀ ਪਿਆਰੇ ਜਿਹੇ ਸੂਟ ਆ ਇਹ ਆਪਣੇ ਕੋਲ ਅੱਗੇ ਫਿਰ ਸ਼ਰਾਰਾ ਸੂਟ ਆ ਗਏ ਤੇ ਇਹ ਦੇਖੋ ਇਹਦੇ ਉੱਤੇ ਤਿੱਲੇ ਦਾ ਵਰਕ ਕੀਤਾ ਹੋਇਆ 골ਡਨ ਕਲਰ ਦਾ ਇਹ ਰੈਡੀमेड ਸੂਟ ਆ ਤੇ ਇਹਨੂੰ ਤੁਸੀਂ ਸਾਈਜ਼ ਦੱਸ ਕੇ ਸੇਮ ਉਦਾਂ ਹੀ ਤੁਸੀਂ ਆਪਣਾ ਸੂਟ ਆਰਡਰ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਣੇ ਕੋਲ 3-4 ਕਲਰ ਹੈਗੇ ਆ ਤੇ ਇਹਨਾਂ ਦਾ ਵੀ ਅਨਲਿमिटेड ਸਟਾਕ ਆ ਤੇ ਇਹ ਵੀ ਤੁਸੀਂ ਮੰਗਵਾ ਸਕਦੇ ਇਹਨਾਂ ਦੀ ਰੇਂਜ ਵੀ ਕੋਈ ਜ਼ਿਆਦਾ ਨਹੀਂ ਹੈਗੀ ਆ ਜੀ ਰੇਂਜ ਵੀ ਬਹੁਤ ਹੀ ਰੀਜ਼ਨੇਬਲ ਆ ਤੇ ਤੁਸੀਂ ਆਪਣਾ ਵਟਸਐਪ ਤੇ ਮੈਸੇਜ ਕਰਕੇ ਤੇ ਇਹਦੀ ਰੇਂਜ ਪੁੱਛ ਸਕਦੇ ਹੋ ਤੁਸੀਂ ਪੁੱਛਣੀ ਹੋਊਗੀ ਫੈਬਰਿਕ ਵਗੈਰਾ ਆਪਾਂ ਤੁਹਾਨੂੰ ਸਾਰਾ ਇਹਦਾ ਡਿਟੇਲ ਚ ਦੱਸ ਦਵਾਂਗੇ ਤੇ ਜੇ ਤੁਸੀਂ ਇਹ ਪੁੱਛੋਗੇ ਤਾਂ ਤੇ ਇਹ ਦੇਖੋ ਕਿੰਨੇ ਪਿਆਰੇ ਪਿਆਰੇ ਜੇ ਸੂਟ ਆ ਤੇ ਇਹ ਜੀ ਵੇਅਰ ਕਰਨ ਚ ਵੀ ਬਹੁਤ ਆਸਾਨ ਰਹਿੰਦੇ ਆ ਇਹਨਾਂ ਨੂੰ ਇੱਕ ਦੋ ਵਾਰ ਡਰਾਈ ਕਲੀਨ ਹੋਣਗੇ ਉਸ ਤੋਂ ਬਾਅਦ ਤੁਸੀਂ ਹੈਂਡ ਵਾਸ਼ ਵੀ ਕਰ ਸਕਦੇ ਈਜ਼ੀ ਵਾਸ਼ ਜਾਂ ਸ਼ੈਂਪੂ ਵਾਸ਼ ਬਟ ਪਹਿਲਾਂ ਇੱਕ ਦੋ ਵਾਸ਼ ਜਿਹੜੇ ਆ ਉਹ ਜੇ ਆਪਣਾ ਡਰਾਈ ਕਲੀਨ ਕਰਵਾ ਲੋਗੇ ਤਾਂ ਇਹ ਸੂਟ ਜਿਆਦਾ ਵਧੀਆ ਰਹਿਣਗੇ ਤੇ ਇਹ ਇਦਾਂ ਬਣੇ ਹੋਏ ਸੂਟ ਆ ਇਹ ਅੱਗੇ ਆਪਣੇ ਕੋਲ ਫੇਰ ਉਹੀ ਜੈਸਮੀਨ ਸਿਲਕ ਦੇ ਸੂਟ ਆ ਗਿਆ ਤੇ ਇਹਦੇ ਚ ਵੀ ਕਾਫੀ ਜਿਆਦਾ ਕਲਰ ਚਾਰਟ ਹੈਗਾ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਵੀ ਪਸੰਦ ਆਈ ਹੋਊਗੀ ਤੇ ਚੈਨਲ ਤੇ ਜਿਹੜੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ